पंजाब में ट्रक ऑपरेटर्स द्वारा अपनी मांगों को लेकर धुरी लुधियाना हाईवे जाम किया गया, जिसमें ट्रक ऑपरेटर्स की तरफ से सरकार के खिलाफ नारेबाजी की गई और ऑपरेटर्स का कहना है कि ये सरकार यूनियन में ठेकेदारी सिस्टम को बंद करके ट्रक यूनियन को बहाल करें। उन्होंने ये कहा कि उनको ये ठेकेदारी सिस्टम मंजूर नहीं है। चलो आप सरकार को तो फिर दो किनारे लाइए चाली गला रोड जाम करके धरना लगा रहे हो, की कहना चाहते हो, की मकसद रोड जाम करिया? ये रोड जाम तो करे जी, असं कहने पंजाब दी ट्रक यूनियन ने बहाल की हैं, बहाल करन आए जिहड़े ठेकेदारी सिस्टम इहनां दी चेत ते उह ठेका लै लैंदे ने 120 बब ते, सानूं दिंदे आ 35 बब 40 बब, 80 बब आप खा जांदे ने, नाल ठेकेदारां दे रल जांदे ने, ज़िले दा टेंडर जिहड़े ठेके इक ठेकेदार नूं दे दिंदे ने। अगे साडियां यूनियन टेंडर पाउंदियां सी, असीं इही सरकार मूहरे बेनती करदे हां साडी यूनियन टेंडर पावे, यूनियन ही आपका आप काम करे, ये आप जिहड़े इहनां दे चेते ने जिहनी उह ठेकेदारी सिस्टम बंद करे, यूनियन बहाल करन। ਅੱਜ ਕਿਹੜੀਆਂ ਕਿਹੜੀਆਂ ਹੋਰ ਮੱਖਾਂ ਮੁੱਖ ਮੰਗਾਂ ਨੇ ਤੁਹਾਡੀਆਂ? ਸਾਡੀ ਮੇਨ ਮੁੱਖ ਮੰਗ ਤਾਂ ਇਹ ਹੈ ਵੀ ਸਾਡੀ ਟਰੱਕ ਨੇ ਬਹਾਲ ਕੀਤੀਆਂ ਹਨ ਪੰਜਾਬ 'ਚ, ਵੀ ਠੇਕੇਦਾਰੀ ਸਿਸਟਮ ਬੰਦ ਕਰਿਆ ਜਾਵੇ। ਜੇ ਬਾਹਲਾ ਕਰਦੀ ਹੈ ਸਰਕਾਰ ਕਿਲੋਮੀਟਰ 'ਤੇ ਰੇਟ ਤੇ ਕਰ ਦੇਵੇ, ਅਸੀਂ ਉਸ ਤਰ੍ਹਾਂ ਵੀ ਟੋਣ ਤਿਆਰ ਹਾਂ। ਵਿਰੋਧ ਪ੍ਰਦਰਸ਼ਨ ਕਰ ਰਹੇ ਹੋ, ਕੀ ਮੁੱਖ ਕਾਰਨ ਨੇ? ਜਿਹੜਾ ਵਿਰੋਧ ਹੈ ਜੀ, ਇਹ ਸਾਡੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਵੀ ਟਰੱਕ ਜੁਣਿਆ ਨੇ ਸਾਡੇ ਨਾਲ, ਉੱਥੇ ਟੂਲ ਪਲਾਜ਼ੇ ਦੇ ਉੱਤੇ ਬਹੁਤ ਇਹਨਾਂ ਨੇ ਸਾਥ ਦਿੱਤਾ ਜੀ। ਅੱਜ ਅਸੀਂ ਇਹਨਾਂ ਦਾ ਸਾਥ ਦੇਣ ਵਾਸਤੇ ਇੱਥੇ ਪਹੁੰਚੇ ਹਾਂ। ਜਿਵੇਂ ਕਿ ਇਹ ਟਰੱਕ ਯੂਨੀਅਨ ਸਰਕਾਰ ਕੈਪਟਨ ਮਨਿੰਦਰ ਸਿੰਘ ਨੇ ਜਿਹਦੇ ਜਦੋਂ ਉਹਨੇ ਆਪਦੀ ਸਰਕਾਰ ਆਈ ਤਾਂ ਉਹਨੇ ਟਰੱਕ ਯੂਨੀਅਨ ਭੰਗ ਕਰਤੀਆਂ ਜੀ। ਜਦੋਂ ਭੰਗ ਕੀਤੀਆਂ ਤਾਂ ਅੱਜ ਤੱਕ ਟਰੱਕ ਆਪਰੇਟਰ ਰੁਲ ਗਏ, ਕੋਈ ਜਿਹੜਾ ਗੇੜਾ ਘੱਟੋ ਘੱਟ 3000 ਦਾ ਹੁੰਦਾ ਸੀ ਉਹ 1000-1500 ਦਾ ਹੀ ਰਹਿ ਗਿਆ, ਘਰੋਂ ਬੇਘਰ ਕਰਤੇ ਆਪਰੇਟਰ ਜੀ। ਬਾਕੀ ਮੇਰੇ ਦਿਲ 'ਚ ਦਰਦ ਸੀ, ਮੈਂ ਮੇਰੇ ਪਿਤਾ ਜੀ ਨੇ ਵੀ ਗੱਡੀਆਂ ਚਲਾਈਆਂ ਨੇ ਉਰੇ, ਚਲੋ ਮੈਂ ਕਿਹਾ ਚਲ ਅੱਜ ਜਾ ਕੇ ਟਰੱਕ ਯੂਨੀਅਨ ਦੇ ਵਿੱਚ ਬਹੁਤ ਵਾਰ ਜੀ ਕਰਿਆ ਵੀ ਜਾ ਕੇ ਪਹਿਲਾਂ ਤਾਂ ਉੱਥੇ ਜਾ ਕੇ ਬੋਲੀ ਪੁਕਾਰ ਹੁੰਦੀ ਆ, ਕੁਦਰਤੀ ਅੱਜ ਮੌਕਾ ਮਿਲਿਆ ਮੈਂ ਇੱਥੇ ਪਹੁੰਚਿਆ। ਬਾਕੀ ਹੋਰ ਆ, ਜਿਵੇਂ ਇਹ ਆਪਰੇਟਰ ਵੀਰਾਂ ਦੀ ਗਲਤੀ ਆ, ਜਿਵੇਂ ਕਿ ਆਪਾਂ ਤੁਸੀਂ ਪ੍ਰਧਾਨ ਚੁਣੋ ਆਪਦਾ, ਸਾਕ ਕੋਈ 10 ਗੱਡੀਆਂ ਵਾਲਾ, ਸਾਕ ਇੱਕ ਗੱਡੀ ਵਾਲਾ, ਇਮਾਨਦਾਰ ਬੰਦੇ ਨੂੰ ਚੁਣੋ, ਇੱਥੇ ਲੀਡਰਾਂ ਨੂੰ ਬਾੜਨ ਦੀ ਕੋਈ ਲੋੜ ਨਹੀਂ। ਜਿਹੜਾ ਆਉਂਦਾ ਚੁਬਾਰੇ ਚੜ੍ਹ ਕੇ ਹਾਰ ਗਲ 'ਚ ਪਾ ਜਾਂਦਾ, ਇਹ ਬਹੁਤ ਛੋਟੀਆਂ ਗਲਤੀਆਂ ਨੇ ਆਪਰੇਟਰਾਂ ਦੀਆਂ। ਪਹਿਲਾਂ ਤੁਸੀਂ ਪੌੜੀ ਚੜ੍ਹਨ ਨਾ ਦਿਓ ਕਿਸੇ ਨੂੰ, ਤੁਸੀਂ ਜਿਵੇਂ ਅੱਜ ਆ, ਅੱਜ ਜੋ ਕੋਈ ਲੀਡਰ ਨੇ ਬਣਨਾ ਉਹ ਅੱਜ ਤੁਹਾਡੇ ਲਈ ਆਊਗਾ, ਕੱਲ੍ਹ ਨੂੰ ਤੁਸੀਂ ਜਾ ਕੇ ਉਹਦੀ ਕੋਠੀ ਜਾਂਦੇ ਹੋ, ਤੁਸੀਂ ਕਿਉਂ ਜਾਂਦੇ ਉਹਦੀ ਕੋਠੀ 'ਚ, ਤੁਸੀਂ ਆਪਦਾ ਪ੍ਰਧਾਨ ਆਪ ਚੁਣੋ ਉਰੇ। ਨਹੀਂ, ਤੁਹਾਡੇ ਕਹਿਣ ਦਾ ਮਤਲਬ ਜਿਹੜੀ ਪ੍ਰਧਾਨਗੀ ਦੀ ਚੋਣ ਹੁੰਦੀ ਉਹ ਪਾਰਦਰਸ਼ੀ ਢੰਗ ਨਾਲ ਨਹੀਂ ਹੁੰਦੀ? ਨਹੀਂ ਹੁੰਦੀ, ਧੱਕੇ ਨਾਲ ਹੁੰਦੀ ਆ ਜੀ, ਗੱਲ 'ਚ ਜਿਹੜਾ ਰਾਜਨੀਤਿਕ ਲੀਡਰ ਨੇ ਉਹ ਕਰਦੇ ਨੇ ਆ ਕੇ ਰਾਜਨੀਤਿਕ ਲੀਡਰ। ਹੁਣ ਤੁਸੀਂ ਅੱਜ 4 ਸਾਲ ਹੋ ਗਏ, ਮੈਂ ਕਹਿੰਦਾ ਇੱਕ ਵਾਰੀ ਹੋਈ ਆ ਚੋਣ, ਉਦੋਂ ਮੁੜ ਕੇ ਚੋਣ ਹੀ ਨਹੀਂ ਹੋਈ ਜੀ। ਭੰਗ ਤਾਂ ਹੋ ਗਈ, ਭੰਗ ਹੋ ਗਈ, ਠੀਕ ਆ ਮੰਨਦਾ, ਸੰਸਥਾ ਤਾਂ ਹੈਗੀ ਆ, ਪ੍ਰਧਾਨ ਤਾਂ ਫਿਰ ਵੀ ਸਾਡਾ ਬਣ ਸਕਦਾ ਜੀ। ਹੁਣ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਤਾਂ ਪੰਜਾਬ ਸਰਕਾਰ ਤੋਂ ਇਹ ਕਹਿੰਦੇ ਵੀ ਜਿਹੜੀ ਟਰੱਕ ਯੂਨੀਅਨ ਨੇ ਇਹਨਾਂ ਨੂੰ ਬਹਾਲ ਕੀਤਾ ਜਾਵੇ।